नाले गल सुन मेरी रोजी ते गगन दे सामने ना अखेखण जे ना करी चुप करके बाहर आ जा। ठीक है मम्मी, जे मैंने पूछण गया मैं कह दूंगी भी मैं ठीक हाँ। गगन मैनू भी हुण तां मिंदो दी फिकर होण लग गई, आपां चलिए उहदे कमरे च। मैं तां चंडीगढ़ रहा होस्टल च, मैं ना चक्करां च पिया ही नहीं। ਉਹ ਜਦੋਂ ਤੁਸੀਂ ਧਰਨੀ ਆ ਉਦੋਂ ਤਾਂ ਦੇਖੀ ਜਾਓ, ਉਹਦੇ ਤੋਂ ਪਹਿਲਾਂ ਤਾਂ ਮੈਂ ਹੀ ਉਹਦੇ ਗੱਲ ਚੋਂ ਲਾ ਲੈਣੀ ਆ। ਫਿਰ ਆ ਸਹੁਰਿਆਂ ਤੇ ਆ ਪੇਕਿਆਂ ਵਾਲਾ ਟੰਟਾ ਹੀ ਖਤਮ, ਮੈਨੂੰ ਤੇਰੇ ਤੋਂ ਤਲਾਕ ਚਾਹੀਦਾ। ਮੰਮੀ ਆ ਕੀ ਕਹੀ ਜਾਂਦੇ ਨੇ, ਮੇਰੀ ਗੱਲ ਸੁਣੋ ਜੀ, ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰੋ, ਮੈਂ ਤੁਹਾਡੇ ਤੋਂ ਬਿਨਾਂ ਨਹੀਂ ਰਹਿ ਸਕਦੀ। ਤੂੰ ਮੇਰੇ ਤੋਂ ਬਿਨਾਂ ਨਹੀਂ, ਇਹਨਾਂ ਤੋਂ ਬਿਨਾਂ ਨਹੀਂ ਰਹਿ ਸਕਦੀ। ਜੇ ਮੇਰੇ ਤੋਂ ਬਿਨਾਂ ਨਾ ਰਹਿ ਸਕਦੀ ਹੁੰਦੀ ਨਾ ਇੱਥੇ ਨਾ ਬੈਠੀ ਹੁੰਦੀ, ਆਪਣੇ ਘਰੇ ਹੁੰਦੀ। ਜੇ ਤਾਂ ਰਹਿਣਾ ਮੇਰੇ ਨਾਲ ਚੁੱਪ ਚਾਪ ਚੱਲ ਘਰੇ, ਨਹੀਂ ਮੈਨੂੰ ਤਲਾਕ ਦੇ ਦੇ। ਤੁਸੀਂ ਮੇਰੀ ਗੱਲ ਸਮਝਦੇ ਕਿਉਂ ਨਹੀਂ ਪਏ, ਮੈਂ ਹਜੇ ਇੱਥੋਂ ਜਾ ਨਹੀਂ ਸਕਦੀ। ਤੁਸੀਂ ਇੱਕ ਕੰਮ ਕਰੋ, ਤੁਸੀਂ ਵੀ ਮੇਰੇ ਨਾਲ ਇੱਥੇ ਹੀ ਰਹਿ ਪੋ। ਹਾਂ ਹਾਂ ਪੁੱਤ, ਮਨਪ੍ਰੀਤ ਸਹੀ ਕਹਿੰਦੀ ਆ, ਤੂੰ ਵੀ ਇੱਥੇ ਹੀ ਰਹਿ ਪਾ। ਉਹ ਮੇਰੇ ਨਾਲ ਤਾਂ ਇਹਨੂੰ ਕੀ ਭੇਜਣਾ, ਮੈਨੂੰ ਹੀ ਇੱਥੇ ਰੱਖਣ ਨੂੰ ਫਿਰਦੇ ਆ। ਉਹ ਤੇਰੀਆਂ ਭਰਜਾਈਆਂ ਕੀ ਸੋਚਣਗੀਆਂ ਕਿ ਨਣਦ ਤਾਂ ਇੱਥੇ ਪਹਿਲਾਂ ਡੇਰਾ ਲਾਈ ਬੈਠੀ ਹੋਈ ਆ, ਹੁਣ ਨਣਦੋਈਏ ਨੂੰ ਵੀ ਬਿਠਾ ਲਿਆ। ਪੁੱਤ ਤੂੰ ਐਵੇਂ ਕਿਉਂ ਸੋਚੀ ਜਾਂਦਾ, ਕੋਈ ਕੁਛ ਨਹੀਂ ਕਹਿੰਦਾ, ਮੈਂ ਬੈਠੀ ਆ। ਜਿਹੋ ਜਿਹਾ ਘਰ ਉਹਨਾਂ ਦਾ, ਉਹੋ ਜਿਹਾ ਹੀ ਘਰ ਇਹ ਤੇਰਾ। ਮੇਰਾ ਘਰ ਬਸ ਠੀਕ ਆ, ਤਾਂ ਹੀ ਨਹੀਂ ਇੱਥੋਂ ਜਾਂਦੀ। ਮੰਮੀ ਇਹਨੂੰ ਇਹ ਸਮਝਾਓ ਕਿ ਜਿੱਥੇ ਵਿਆਹ ਕੇ ਗਈ ਆ ਉਹ ਇਹਦਾ ਅਸਲੀ ਘਰ ਆ, ਨਾ ਕਿ ਇਹ ਜਿੱਥੇ ਬੈਠੀ ਆ। ਪੁੱਤ ਇਹ ਕਿਹੜਾ ਭੁੱਲੀ ਹੋਈ ਆ, ਸਭ ਪਤਾ, ਕਮਲੀ ਤਾਂ ਹੈ ਨਹੀਂ ਇਹ। ਹਾਂ ਦੱਸ। ਦੇਖੋ ਜੀ, ਜਿੰਨਾ ਚਿਰ ਰੋਜੀ ਤੇ ਗਗਨ ਦੇ ਜੀਜਾ ਹੀ ਇੱਥੇ ਨੇ ਨਾ, ਉਹਨਾਂ ਚਿਰ ਤਾਂ ਨਹੀਂ ਮੈਂ ਜਾਣਾ। ਜਿਸ ਦਿਨ ਉਹ ਚਲੇ ਗਏ ਉਹ ਤੋਂ ਬਾਅਦ ਮੈਂ ਇੱਕ ਦਿਨ ਨਿੱਟ ਪਾਉਂਦੀ, ਨਾਲ ਹੀ ਅਗਲੇ ਦਿਨ ਤੁਹਾਡੇ ਨਾਲ ਚੱਲੂੰਗੀ। ਬਸ ਠੀਕ ਆ ਫਿਰ, ਜੇ ਆਹ ਗੱਲ ਆ ਨਾ ਤਾਂ ਮੈਂ ਵੀ ਫਿਰ ਇੱਥੇ ਹੀ ਹਾਂ। ਤੈਨੂੰ ਲਏ ਬਿਨਾਂ ਮੈਂ ਜਾਂਦਾ ਨਹੀਂ, ਤੇਰਾ ਹਰ ਵਾਰ ਦਾ ਬਹਾਨਾ, ਐਤਕੀ ਨਹੀਂ ਮੈਂ ਚੱਲਣ ਦੇਣਾ। ਵੀਰੇ ਮੈਂ ਤੁਹਾਡੇ ਕੋਲ ਬੈਠ ਸਕਦਾ ਇੱਥੇ ਮਾੜਾ ਜਿਹਾ? ਬਾਈ ਦੇ ਨਹੀਂ, ਇੱਕ ਗੱਲ ਕਰਨੀ ਹੈ ਤੇਰੇ ਨਾਲ। ਤੂੰ ਬਹੁਤ ਦਾਰੂ ਪੀਨਾ, ਹੁੰਦਾ ਵੀ ਤੂੰ ਇਕੱਲਾ ਹੀ ਆ। ਤੈਨੂੰ ਮੈਂ ਰੋਜ਼ ਦੇਖਦਾ, ਨਾ ਤੇਰੇ ਨਾਲ ਕੋਈ ਸਾਥੀ ਵੀ ਨਹੀਂ ਹੁੰਦਾ। ਤੈਨੂੰ ਕੋਈ ਰੋਕਦਾ ਨਹੀਂ ਦਾਰੂ ਪੀਣ ਤੋਂ, ਬਾਈ ਦੇਖਣ ਨੂੰ ਤੂੰ ਚੰਗੇ ਕਰਦਾ ਲੱਗਦਾ। ਚੰਗੇ ਕਰਦੇ ਬੰਦੇ ਨਾ ਘਰੇ ਬੈਠ ਕੇ ਪਿੱਗ ਸ਼ਗ ਲਾਉਂਦੇ ਆ, ਆ ਠੇਕਿਆਂ ਤੇ ਨਹੀਂ। ਮੈਂ ਤਾਂ ਤੈਨੂੰ ਰੋਜ਼ ਦੇਖਦਾ ਇੱਥੇ, ਕਿਉਂਕਿ ਮੇਰਾ ਆਉਣਾ ਜਾਣਾ ਇੱਥੇ ਲੱਗੇ ਰਹਿੰਦਾ ਵਾ। ਪਰ ਮੈਂ ਇਹ ਵੀ ਸੁਣਿਆ ਤੂੰ ਵਿਆਹਿਆ ਹੋਇਆ, ਤੇਰੀ ਘਰਵਾਲੀ ਵੀ ਸੋਹਣੀ ਸੁਨੱਖੀ ਆ, ਪਰ ਫਿਰ ਤੂੰ ਇਹ ਦਾਰੂ ਦਾ ਸਹਾਰਾ ਕਿਉਂ ਲੈਂਦਾ? ਲੱਗਦਾ ਤੇਰੀ ਘਰਵਾਲੀ ਨਾ ਤੇਰੀ ਬਣਦੀ ਨਹੀਂ ਤਾਂ ਕਦੇ ਨਾ ਕਦੇ ਤੈਨੂੰ ਰੋਕਣ ਵਾਸਤੇ ਆਉਂਦੀ ਨਾ ਇੱਥੇ। ਕਿਉਂ ਬਾਈ, ਸਹੀ ਕਿਹਾ ਨਾ? ਉਹ ਤੂੰ ਹੈ ਕੌਣ ਹੈ? ਓਏ ਸਿਰ ਚੜੀ ਜਾਂਦਾ, ਨਾ ਤੂੰ ਮੈਨੂੰ ਜਾਣਦਾ ਨਾ ਮੈਂ ਤੈਨੂੰ ਜਾਣਦਾ। ਉਹ ਬਿਨਾਂ ਜਾਣ ਪਛਾਣ ਤੇ ਮੇਰੇ ਪਰਦੇ ਕਿਉਂ ਫਲਾਉਣਾ? ਮੈਂ ਆਪਣੇ ਘਰ ਦੀਆਂ ਗੱਲਾਂ ਤੇਰੇ ਨਾਲ ਕਿਉਂ ਕਰਾਂ? ਪਤਾ ਨਹੀਂ ਸਾਲਾ ਕਿੱਥੋਂ ਮੂੰਹ ਚੱਕ ਕੇ ਆ ਗਿਆ। ਮੇਰੀ ਘਰਵਾਲੀ ਚਾਹੇ ਮੈਨੂੰ ਰੋਕੇ ਚਾਹੇ ਨਾ ਰੋਕੇ, ਤੂੰ ਪੁੱਛਣ ਵਾਲਾ ਕੌਣ ਵਾ? ਉਹ ਭਰਾਵਾ ਗੁੱਸਾ ਨਾ ਹੋ, ਮੈਨੂੰ ਤਾਂ ਲੱਗਦਾ ਸੀ ਤੇਰੀ ਮੇਰੀ ਗੱਲ ਨਹੀਂ ਹੋਣੀ, ਪਰ ਤੂੰ ਕੁਛ ਬੋਲਿਆ ਤਾਂ ਸਹੀ। ਪਰ ਤੂੰ ਮੰਨੇ ਜਾਂ ਨਾ ਮੰਨੇ, ਪਰ ਮੈਂ ਤੈਨੂੰ ਆਪਣੇ ਛੋਟੇ ਭਰਾ ਵਰਗਾ ਮੰਨਦਾ। ਤੇਰੀ ਸ਼ਕਲ ਨਾ ਮੇਰੇ ਛੋਟੇ ਭਰਾ ਨਾਲ ਬਹੁਤ ਮਿਲਦੀ ਆ, ਮੈਂ ਤਾਂ ਤੇਰੇ ਕੋਲ ਆ ਕੇ ਬਹਿ ਗਿਆ। ਉਹ ਵੀ ਬਹੁਤ ਦਾਰੂ ਪੀਂਦਾ ਸੀਗਾ,
बथेरा समझाते ना समझिया मोदिया किडनिया फेल हो गई दोनों हूँ वो हस्पताल पिया डॉक्टर कहते औखा ही है गल सुन भीरे आ नशियां च कुछ नहीं रखिया वो ये तो वड्डे तो वड्डा घर उजाड़ देंगे ने मैं तू की चीज हाँ यार तू चुप कर जा दिमाग खराब किया और बाहर कटवा यार तू की लेना यार अपने पीना में बचन देन लग्या होया दखल अंदाजिया ने सारा मेरा घर खराब किया पे जिंदगी खराब हो गई मेरी पहला ही दखल अंदाजिया ने सारी जिंदगी खराब करती मेरी जा बजा फिर अपना ऐ आके बह गया जिम्मे मैं तेरा आधार देना हों बोली हुई है ना बोली हुई है ना पैग लाना ला ला नहीं बह जा वीरे मैनू लगता तेरे नाल नजायज हुई आ तू अपने घर बारे सोच नाले अपने बच्चों बारे सोच तू ए की लैना वो हजे भी कुछ नहीं बिगड़िया एक बार सोची जरूर अपने घर से अपने बच्चों बारे सोच यार चुप कर जा दिमाग खराब कर कढ़ दो यार इत्थों की ना बुलाया इहनू पिया कोई पिया आखरा कोई ना आखरा की करती सी मम्मी जी मेरा दुपट्टा नहीं लभदा पिया मैं अलमारियां भी देख लिया आ बेड दी ढो भी देख ली किते नहीं हैगा इन्ना महंगा दुपट्टा है मेरा पता नहीं किथे गया तुसी देखिया किते ना पुत मैं नहीं देखिया मैनूं तां ए भी नहीं पता भी तू केड़े दुपट्टे दी गल करदी आ थोनू नहीं पता पक्का मनप्रीत नूं पता होगा किते उहने तां नहीं लै लिया मेरा दुपट्टा उहने तेरा दुपट्टा की करना चल छड दुपट्टा आपां फेर लभ लैणे आ मैं तो तेरे को एक जरूरी काम आई सी अमर की अलमारी दे विच जरूरी कागज पए ने ओ कढ के दे मैनू कागज केड़े कागज मम्मी लुधियाने कोल जिहड़ा पिंड है डेलो उत्थे अपनी जगह मैं तो ओदे कागजां दी गल करदी आ अच्छा तुसी बैठो इत्थे मैं देखदी आ अलमारी च इत्थे दा कोई कागज नहीं है थोनू पक्का पता है भी कागज इत्थे ही रखे सी मैनू चंगी तरह याद आ पुत इत्थे ही होने आ तू ध्यान नाल ता देख है ता है नहीं मम्मी चलो दोबारा देख लैनी आ मैनू नहीं लभदे पे मम्मी ये आ जांदे आ इन्हां नू पुछ के दस दांगी रखे ता इत्थे ही सी चल कोई ना अमर नू पुछ लैनी की गल मम्मी तुसी टेंशन च लगते हो जरूरी चाहिए सी कागज जरूरी है समझ ला पुत जेड़ी ओह जगह ना डेलो वाली ओह मैं तेरे तेरे अमर दे नाँ ते करानी सी नाले जेड़ा कुछ साड़ा ओह थोड़ा ते जेड़ा कुछ थोड़ा ओह साड़ा हाँ जी मम्मी सही कहा मैं सुनिया तेरे डैडी दे भी उत्थे दो प्लाट ने भला किन्नी क जमीन है जमीन तो मम्मी जी वाधू है भावें अगे पिछे किला किला छड़ के दो कोठियां बना लो उत्थे अच्छा भला हुण की बनया होया उत्थे बनया तो कुछ नहीं होया मम्मी खाली जमीन ही है उस जमीन दी देख रेख कौन करदा ओ सच पुत मैं तो ता कहनी हां भी तेरे मम्मी डैडी तो ज़्यादातर तो टूर पर ही रहते हैं उन्होंने ध्यान तो है नहीं जमीन च फिर वह जमीन का ध्यान कौन रखता अपना प्लाट भी तो पुत उत्थे ही आ असी तो थोड़े दिन बाद गेड़ा लाए आने जब असी अपने प्लाट का गेड़ा ला के आया करांगे फिर उन्होंने भी देख आया करांगे
मैं कुछ गलत तो नहीं कहा? नहीं नहीं मम्मी, गलत तो कुछ नहीं कहा, पर तुसी फिकर ना करो, वो खुश्क जमीन है, उत्थे निगरानी करन दी लोड़ है ही नहीं। वैसे एक प्लाट मेरे नाम ते आ, एक रोजी दीदी दे नाम ते, जदो भी गेड़ा लगता है वो आपे देख आंदे है। तेरे नाम ते भी प्लाट हैगा? गगन पुत तू एक बारी दस्ता दें दे, तैं तो सानू दस्या ही नहीं हैगा। मम्मी एदे च दसन वाली केड़ी गल है, ऐ तो बहुत कुछ है मेरे नाम ते जेड़ा थानू पता ही नहीं है। तेरे नाम ते होर भी बहुत कुछ है? हाँ जी, इहदे च इन्नी हैरान होने वाली केड़ी गल है, असल च प्लाट मम्मी डैडी ने इसलिए ले सी भी मेरे ते रोजी दीदी दा व्याह करना है, पर व्याह ते वेचन दी जरूरत ही नहीं पई, रब दी मेर नाल वैसे ही बहुत कुछ सी, प्लाट वेचन दी लोड़ ही नहीं पई, ओवें ते ओवें रह गए। सुख नाल वेचनी भी कहते आ, हुण मैं जिहड़ी अपनी जमीन सी अमर दे नां ते कराती, ते तू भी अमर दे नां ते करा दे, आपे ही आदमी देखी जाणगे। कोई गल नहीं भाजी, कोई लोन लोन कराना होया मैनू दस्यो, आपां करा दांगे। रब दा दित्ता साडे कोल बहुत आ, ना तां सानू कदे लोड़ पई आ ते ना ही कदे पऊगी। ओ चल कोई ना, कोई बंदा पुछ लैंदा मिल जांदा, फिर थोड़ा ही वेरवा पऊंगा जी। भाजी बहुत मेहरबानी तुहाडी जिहड़ा तुसीं मेरे बारे इन्ना सोचिया, चलो छड्डो कम्म दीआं गल्लां तां हुंदीआं रहिणगीआं, तुसीं इह दस्सो इत्थे किन्ने क दिन हैगे हो, आपां किते घूम फिर ही आने आ। लगदा जी तुसीं वी साडे वांगू चंगीआं छुट्टीआं लै के आए हो, असीं तां हजे 10-12 दिन हैगे आ। 10-12 दिन भाजी, ਇਹ ਤਾਂ ਕੁਛ ਜ਼ਿਆਦਾ ਹੀ ਨਹੀਂ ਹੈਗੇ। ਉਹ ਭਰਾਵਾ ਰਹਿਣਾ ਅਸੀਂ ਆ, ਰੱਖਣਾ ਗਗਨ ਤੇ ਅਮਰ ਨੇ ਆ, ਤੁਸੀਂ ਕਦੇ ਹੋਗਾ ਲਈ ਜਾਂਦੇ ਹੋ। ਉਹ ਭਾਜੀ ਗੁੱਸੇ ਨਾ ਹੋ, ਉਹ ਦਰਅਸਲ ਨਾ ਮਨਪ੍ਰੀਤ ਹੀ ਜਿੱਦ ਕਰੀ ਬੈਠੀ ਆ ਕਿ ਜਿੰਨੀ ਦੇਰ ਤੁਸੀਂ ਇੱਥੇ ਹੋ ਉਨੀ ਦੇਰ ਮੈਂ ਜਾਣਾ ਨਹੀਂ, ਮੈਂ ਤਾਂ ਸੋਚਾਂ 'ਚ ਪੈ ਗਿਆ ਸੀ ਕਿ ਇੰਨੇ ਦਿਨ ਤਾਂ ਰਹਿਣਾ ਫਿਰ ਔਖਾ ਹੋ ਜੂ। ਕੀ ਆ ਜੀ, ਤੁਸੀਂ ਪੂਰੀ ਗੱਲ ਤਾਂ ਦੱਸਿਆ ਕਰੋ ਵੀ ਮੈਂ ਇਹ ਜਿੱਦ ਵੀ ਇਹਨਾਂ ਕਰਕੇ ਫੜੀ ਆ, ਇਹ ਤਾਂ ਦੱਸਿਆ ਨਹੀਂ। ਸਾਡੇ ਕਰਕੇ ਨਾ ਮਨਪ੍ਰੀਤ, ਤੂੰ ਸਹੁਰੇ ਜਾਣਾ ਆਪਣਾ ਬਿਸ਼ੱਕ ਦੀ ਚਲੇ ਜਾ, ਤੂੰ ਪਹਿਲਾਂ ਆਪਣਾ ਘਰ ਦੇਖ, ਅਸੀਂ ਆਪਣੇ ਦਿਨ ਕੱਟ ਕੇ ਚਲੇ ਜਾਵਾਂਗੇ। ਓਹੋ, ਉਹ ਇਹਨਾਂ ਨੇ ਪੂਰੀ ਗੱਲ ਦੱਸੀ ਨਹੀਂ ਤੇ ਤੁਸੀਂ ਮੇਰੀ ਪੂਰੀ ਗੱਲ ਸੁਣੀ ਨਹੀਂ। ਮੈਨੂੰ ਤਾਂ ਦੀਦੀ ਤੁਹਾਡਾ ਮੋਹ ਹੀ ਬਹੁਤ ਆਉਂਦਾ, ਮੈਨੂੰ ਤਾਂ ਇਹ ਸੀ ਵੀ ਜਿੰਨਾ ਚਿਰ ਤੁਸੀਂ ਇੱਥੇ ਹੈਗੇ ਹੋ ਮੈਂ ਤੁਹਾਡੇ ਨਾਲ ਰਹਾਂ, ਫਿਰ ਤੁਸੀਂ ਚਲੇ ਜਾਣਾ ਕਨੇਡਾ, ਪਤਾ ਨਹੀਂ ਫਿਰ ਤੁਸੀਂ ਕਦੋਂ ਵਾਪਸ ਆਓਗੇ, 3 ਜਾਂ 4 ਸਾਲ ਨੂੰ, ਬਸ ਐਂ ਸੀ ਜਿੰਨਾ ਚਿਰ ਇੱਥੇ ਹੈਗੇ ਹੋ ਆਪਾਂ ਇਕੱਠੇ ਹੀ ਟਾਈਮ ਕੱਢੀਏ। ਅੱਛਾ ਜੇ ਆਹ ਗੱਲ ਆ ਫਿਰ ਤਾਂ ਬਹੁਤ ਵਧੀਆ, ਇਕੱਠੇ ਰਹਿਣ ਵਿੱਚ ਮਜ਼ਾ ਬਹੁਤ ਆਉਂਦਾ, ਨਾਲੇ ਜੇ ਬੰਦਾ ਸ਼ਤਰੰਜ ਦੀ ਗੇਮ ਖੇਡਦਾ ਹੋਵੇ ਨਾ ਤੇ ਸਾਰੇ ਪਹਿਲੂ ਇਕੱਠੇ ਨਾ ਹੋਣ ਫਿਰ ਚਾਲ ਚੱਲਣ 'ਚ ਮਜ਼ਾ ਨਹੀਂ ਆਉਂਦਾ। ਕੀ ਮਤਲਬ ਜੀ ਤੁਹਾਡਾ, ਮੈਂ ਸਮਝੀ ਨਹੀਂ। ਗੁੱਝੀਆਂ ਗੱਲਾਂ ਨੇ, ਤੇਰੇ ਸਮਝ ਆਉਣੀਆਂ ਵੀ ਨਹੀਂ। ਦੇਖੋ ਜੀ ਕਿਵੇਂ ਮੂੰਹ ਉੱਡ ਗਿਆ ਇਹਦਾ, ਉਹ ਮੈਂ ਤੈਨੂੰ ਮਜ਼ਾਕ ਕਰਦੀ ਹਾਂ, ਜਦੋਂ ਬੰਦਾ ਇੱਕ ਦੂਜੇ ਨਾਲ ਮਜ਼ਾਕ ਕਰਦਾ ਨਾ ਫਿਰ ਟਾਈਮ ਵਧੀਆ ਪਾਸ ਹੋ ਜਾਂਦਾ ਤੇ ਸਮਾਂ ਕਦੋਂ ਨਿਕਲ ਜਾਂਦਾ ਪਤਾ ਵੀ ਨਹੀਂ ਲੱਗਦਾ। ਵੈਸੇ ਗੱਲ ਦੀਦੀ ਤੁਸੀਂ ਸਹੀ ਕਹੀ ਆ, ਰਾਣੀ ਵੀ ਨਾ ਰਾਜੇ ਵਾਂਗ ਆਪਣੀ ਜਗ੍ਹਾ ਤੇ ਬੈਠੀ ਚਾਲਾ ਚੱਲੀ ਜਾਂਦੀ ਆ, ਤੇ ਜਿਹੜੇ ਉਹਦੇ ਸਾਹਮਣੇ ਘੋੜੇ ਚਾਲਾ ਚੱਲਦੇ ਨੇ ਉਹਨਾਂ ਨੂੰ ਹਰਾਈ ਜਾਂਦੀ ਆ। ਕੀ ਹੋਇਆ ਦੀਦੀ, ਤੁਸੀਂ ਤਾਂ ਗੱਲ ਨੂੰ ਸੀਰੀਅਸ ਹੀ ਲੈ ਗਏ, ਉਹ ਮਜ਼ਾਕ ਸਿਰਫ ਤੁਸੀਂ ਕਰ ਸਕਦੇ ਹੋ, ਮੈਂ ਨਹੀਂ ਕਰ ਸਕਦੀ। ਚਲਾਕ ਤਾਂ ਤੂੰ ਬਹੁਤ ਆ, ਕੋਈ ਨਹੀਂ ਆ ਜਾ ਮੈਦਾਨ 'ਚ, ਇਕੱਲਿਆਂ ਨੂੰ ਤਾਂ ਤਾਸ਼ ਵੀ ਖੇਡਣੀ ਔਖੀ ਹੋ ਜਾਂਦੀ ਆ, ਫਿਰ ਤੂੰ ਤਾਂ ਵਿਸ਼ਾਈ ਸ਼ਤਰੰਜ ਬੈਠੀ ਆ।